ਕੋ ਦੀ ਬੁਜੀ ਕੁਝ ਫੈਸਲੇ ਸਰਕਾਰ ਵੱਲੋਂ ਜਿਹੜੇ ਲੈ ਜਾਂਦੇ ਨੇ ਤੇ ਲੱਗਦਾ ਹੈ ਕਿ ਫਿਰ ਉਹ ਅਚਾਨਕ ਵਾਪਸ ਵੀ ਲੈ ਲੈ ਜਾਂਦੇ ਨੇ ਜਿਵੇਂ ਪੰਜਾਬ ਦੇ ਲੋਕਾਂ ਨੂੰ ਟਟੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇੱਕ ਪਹਿਲਾਂ ਤਾਂ ਕਿਸਾਨਾਂ ਦੇ ਜਿਹੜੇ ਵਾਰੰਟ ਜਾਰੀ ਕਰ ਦਿੱਤੇ ਸੀਗੇ ਕਰਜ਼ਿਆਂ ਨੂੰ ਲੈ ਕੇ ਪਹਿਲਾਂ ਤਾਂ ਉਹ ਮਸਲਾ ਹੋਇਆ ਮੀਡੀਆ ਵਿੱਚ ਆਇਆ ਜਦੋਂ ਉਹ ਕਾਫੀ ਪੱਕ ਗਿਆ ਮਸਲਾ ਤਾਂ ਉਸ ਤੋਂ ਬਾਅਦ ਵਿੱਚ ਜਿਹੜਾ ਸਰਕਾਰ ਵੱਲੋਂ ਬਿਆਨ ਜਾਰੀ ਕੀਤਾ ਜਾਂਦਾ ਹੈ ਕਿ ਨਹੀਂ ਇਸ ਅਜਿਹਾ ਕੁਝ ਨਹੀਂ ਹੋਏਗਾ ਪਿਛਲੀਆਂ ਸਰਕਾਰਾਂ ਕਰਕੇ ਸਾਰਾ ਕੁਝ ਹੋ ਰਿਹਾ ਸੀ ਕਿਸਾਨ ਕਰਜ਼ੇ ਵਿੱਚ ਨੇ ਉਹਨਾਂ ਲਾਇਕੀਆਂ ਨੇ ਪਿਛਲੀਆਂ ਸਰਕਾਰਾਂ ਦੀਆਂ ਉਸ ਤੋਂ ਬਾਅਦ ਵਿੱਚ ਨੇ ਕਿਹਾ ਕਿ ਜਿਹਾ ਕੁਝ ਨਹੀਂ ਹੋਏਗਾ ਤੇ ਹੁਣ ਇੱਕ ਅਜਿਹਾ ਹੋਰ ਜਿਹੜਾ ਜੁਗਵਾੜੀ ਗੱਡੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੇ ਲਈ ਜਿਹੜਾ ਇੱਕ ਪਹਿਲਾ ਫੈਸਲਾ ਸੁਣਾ ਦਿੱਤਾ ਗਿਆ ਕਿ ਉਹ ਨਹੀਂ ਚੱਲਣ ਗਿਆ ਉਸ ਤੋਂ ਬਾਅਦ ਵਿੱਚ ਕਿਤਨਾ ਕਿਤੇ ਸਰਕਾਰ ਦੀ ਕਿਰਕਰੀ ਹੋਣ ਲੱਗੀ ਤਾਂ ਫਿਰ ਉਹ ਫੈਸਲਾ ਵਾਪਸ ਲੈਣ ਦੀ ਜਿਹੜਾ ਉਹ ਖਬਰ ਆਉਣ ਲੱਗੀਆ ਹੁਕਮਤਾ ਜੀ ਮੈਨੂੰ ਲੱਗਦਾ ਕਿ ਸਰਕਾਰ ਲੋਕਾਂ ਦੀ ਚੁੰਡੀਆਂ ਵੜਵੜ ਦੇਖ ਰਹੀ ਆ ਹੂੰ ਕਦੇ ਰਾਜ ਸਭਾ ਦੇ ਮੈਂਬਰ ਵਾਰੀ ਭੇਜ ਦੋ ਹੂੰ ਹਾਂ ਕਦੇ ਵਪਾਰੀ ਭੇਜ ਦੋ ਕਦੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਦੁਕਾਨਦਾਰ ਭੇਜ ਦੋ ਸੋ ਉਹ ਉਹ ਜਿਹੜਾ ਕੁਝ ਹੋ ਰਿਹਾ ਉਹਨੂੰ ਵੀ ਉਹਨਾਂ ਨੇ ਚੈੱਕ ਕਰਕੇ ਦੇਖਿਆ ਕਿੰਨਾ ਕੁ ਲੋਕ ਰਿਐਕਟ ਕਰਦੇ ਨੇ ਫਿਰ ਚੰਡੀਗੜ੍ਹ ਵਾਲਾ ਮਤਾ ਪਾ ਲਓ ਪਰ ਪਾਣੀ ਵਾਲਾ ਮਤਾ ਛੱਡ ਲਓ ਪਾਣੀ ਵਾਲੇ ਮਤਲੇ ਮਤੇ ਤੇ ਇੱਕ ਮੰਤਰੀ ਤੋਂ ਬੁਲਾ ਲਓ ਬਾਕੀ ਐਮ ਐਲ ਏ ਨੂੰ ਚੁੱਪ ਕਰਾ ਲਓ ਛੂੰਡੀ ਬਾਟ ਕੇ ਦੇਖਦੇ ਨੇ ਕਿ ਚੈੱਕ ਕਰੀਏ ਪੰਜਾਬ ਦੇ ਲੋਕ ਕਿੰਨਾ ਕੁ ਰਿਐਕਟ ਕਰਦੇ ਨੇ ਤੇ ਕਿਸ ਕਿਸ ਮੁੱਦੇ ਤੇ ਕਰਦੇ ਨੇ ਫਿਰ ਬੀਬੀ ਐਮ ਬੀ ਵਾਲਾ ਮੁੱਦਾ ਡੈਮ ਡੈਮ ਦੀ ਸੁਰੱਖਿਆ ਦਾ ਮੁੱਦਾ ਫਿਰ ਸਿਕਿਉਰਟੀਆਂ ਵਾਪਸ ਲੈ ਲਓ ਐਮਐਲਏਆਂ ਦੀਆਂ ਸਾਬਕਾ ਐਮਐਲਏਆਂ ਦੀਆਂ ਘਟਾ ਲਓ ਆਪਣੇ ਵਾਲੇ ਦੀ ਵਧਾ ਦਿਓ ਕੇਜਰੀਵਾਲ ਨੂੰ ਦੇ ਦਿਓ ਰਗਵ ਚੱਡਾ ਨੂੰ ਦੇ ਦਿਓ ਸੋ ਉਹ ਦੇ ਲੋ ਲੋਕ ਟੈਸਟ ਕਰਕੇ ਦੇਖਦੇ ਨੇ ਕਿ ਕਿੰਨੇ ਲੋਕ ਝੂਂਡੀ ਵਟ ਕੇ ਦੇਖੀ ਹੁਣ ਦੋ ਚੀਜ਼ਾਂ ਦਾ ਬਹੁਤ ਅਹਿਮ ਮਸਲਾ ਸਭ ਤੋਂ ਪਹਿਲਾ ਮਸਲਾ ਆਇਆ ਸੀ ਕਿਸਾਨਾਂ ਨੂੰ ਲੈ ਕੇ ਕਿ ਜਿਹੜੇ ਬਰੰਟ ਜਾਰੀ ਹੋਣੇ ਗ੍ਰਿਫਤਾਰੀ ਦੀ ਤਿਆਰੀ ਜ਼ਮੀਨ ਨਿਲਾਮੀ ਦੀ ਤਿਆਰੀ ਉਹ ਬੈਂਕ ਕਰ ਰਿਹਾ ਤੇ ਨਾਲ ਪੁਲਿਸ ਪ੍ਰਸ਼ਾਸਨ ਨਾਲ ਅਫਸਰशाही ਨਾਲ ਮਿਲ ਕੇ ਸੋ ਉਹਨੂੰ ਰੁਟੀਨ ਦੀ ਕਾਰਵਾਈ ਮੰਨੋਗੇ ਸੀ ਉਹਨੂੰ ਕਿ ਕਿਹ ਕਿਹ ਰੁਟੀਨ ਦੀ ਕਾਰਵਾਈ ਸੀ ਜੇ ਰੁਟੀਨ ਦੀ ਕਾਰਵਾਈ ਸੀ ਇਹਦਾ ਮਤਲਬ ਪੰਜਾਬ ਦੀ ਅਫਸਰਸ਼ਹੀ ਨੂੰ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਨਹੀਂ ਕੋਈ ਹੋਰ ਚਲਾ ਰਿਆ ਉਹ ਚਾਹੁੰਦਾ ਕਿ ਸਰਕਾਰ ਦੇ ਖਿਲਾਫ ਲੋਕਾਂ ਦਾ ਮਾਹੌਲ ਬਣ ਇਹਦਾ ਮਤਲਬ ਅਫਸਰਸ਼ਹੀ ਨੂੰ ਕੋਈ ਹੋਰ ਚਲਾ ਰਿਆ ਜੇ ਤੁਸੀਂ ਚਲਾ ਰਹੇ ਹੋ ਫਿਰ ਅੰਦਾ ਤੁਸੀਂ ਚੁੰਨੀ ਵੱਟ ਕੇ ਦੇਖ ਰਹੇ ਕਿ ਜੇ ਲੋਕਾਂ 'ਚ ਰੋਸ਼ ਹੋਇਆ ਤਾਂ ਵਾਪਸ ਲੈ ਲੈ ਫੈਸਲਾ ਫੇ ਇਹ ਵੀ ਇੱਕ ਸਵਾਲ ਹੈ ਦੂਸਰਾ ਜਿਹੜਾ ਤੁਸੀਂ ਸਵਾਲ ਕੀਤਾ ਬਿਲਕੁਲ ਇਸ ਨੂੰ ਦੋ ਪਹਿਲੋਂ ਤੋਂ ਦੇਖਣ ਦੀ ਲੋੜ ਹੈ ਕਾਨੂੰਨੀ ਤੌਰ ਤੇ ਕੋਰਟ ਦਾ ਲੰਮਾ ਸਮਾਂ ਪਹਿਲਾਂ ਦਾ ਹੁਕਮ ਜਾਰੀ ਆ ਉਰੋਸ ਦੇ ਉੱਤੇ ਪੰਜਾਬ ਪੁਲਿਸ ਨੇ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਨੇ ਜੇਕਰ ਅਮਲ ਨਹੀਂ ਕੀਤਾ ਤਾਂ ਇਹਦੇ ਲਈ ਕੌਣ ਜ਼ਿੰਮੇਵਾਰ ਹੁਣ ਤੁਸੀਂ ਕਹੋਗੇ ਜੀ ਕਿ ਅਫਸਰਸ਼ਹੀ ਨੇ ਕਾਰਵਾਈ ਕੀਤੀ ਉਹ ਕਾਨੂੰਨੀ ਦਾਇਰੇ ਚ ਰਹਿ ਕੇ ਆ ਕਾਨੂੰਨ ਦਾ ਫੈਸਲਾ ਹੈ ਕਿ ਇਹਨਾਂ ਨੂੰ ਰੋਕਿਆ ਜਾਵੇ ਇਹ ਬਾਹਨ ਸੜਕ ਤੇ ਆਉਂਦੇ ਨੇ ਇੱਕ ਤਾਂ ਰਜਿਸਟ੍ਰੇਸ਼ਨ ਨਹੀਂ ਸਰਕਾਰ ਨੂੰ ਪੈਸੇ ਨਹੀਂ ਆਉਂਦੇ ਦੂਸਰਾ ਪਾਸ ਨਹੀਂ ਗੀਆਂ ਗੱਡੀਆਂ ਤੀਸਰਾ ਇਹਦੇ ਨਾਲ ਐਕਸੀਡੈਂਟ ਦੇ ਖਤਰੇ ਵੱਧਦੇ ਨੇ ਸੋ ਇਸ ਲਈ ਇਹ ਸਾਰੀਆਂ ਗੱਲਾਂ ਕਾਨੂੰਨੀ ਤੌਰ ਤੇ ਇਸ ਪਰੋਕ ਲੱਗਣੀ ਚਾਹੀਦੀ ਸੀ ਪਰ ਇਹ ਕਾਨੂੰਨੀ ਤੌਰ ਤੇ ਰੋਕ ਸਰਕਾਰ ਬੰਦ ਦੇ 1 ਮਹੀਨੇ ਬਾਅਦ ਹੀ ਕਿਉਂ ਪਿਛਲੀਆਂ ਸਰਕਾਰਾਂ ਲੰਘੀਆਂ ਨਹੀਂ ਨਹੀਂ ਜਦ ਕਿਉਂ ਨਹੀਂ ਲੱਗ ਲਈ ਹੂੰ ਸੋ ਹੁਣ ਇਹਦਾ ਮਤਲਬ ਕਹਿੰਦੇ ਕਿ ਜਿੱਦਾਂ ਹੀ ਆਰਡਰ ਜਾਰੀ ਹੋਏ ਤਿੱਦਾਂ ਹੀ ਪੰਜਾਬ 'ਚ ਹਗਾਮਾ ਹੋਇਆ ਤਦੇ ਭਗਵੰਤ ਮਾਨ ਹੋਰਾਂ ਨੇ ਇਹ ਚੇਚੇ ਤੌਰ ਤੇ ਅਫਸਰਾਂ ਦੀ ਕਲਾਸ ਲਈ ਹੂੰ ਅਫਸਰਾਂ ਨੂੰ ਚੰਗੀਆਂ ਝਾੜਾਂ ਮਾਰੀਆਂ ਕਿਆ ਕੀ ਕਰ ਰਹੇ ਸੀ ਜਲੂਸ ਕਢਾ ਰਹੇ ਹੋ ਸਰਕਾਰ ਦਾ ਐਦਾਂ ਉਹ ਚੱਲਦਾ ਹੁੰਦਾ ਕੰਮ ਕਿਉਂ ਨਹੀਂ ਪਹਿਲਾਂ ਦੱਸਿਆ ਕੌਮਤਾ ਜੀ ਸਰਕਾਰਾਂ ਨੇ ਜਦੋਂ ਕੋਈ ਕਾਰਵਾਈ ਕਰਨੀ ਹੋਵੇ ਜੀ ਆ ਗੈਰ ਕਾਨੂੰਨੀ ਕਲੋਨੀ ਢਾਉਣੀਆਂ ਜੀ ਆ ਬਾਜ਼ਾਰ ਦੇ ਛੱਜੇ ਤੋੜਨੇ ਆ ਜੀ ਹੈ ਆ ਜੀ ਤੁਹਾਡੀ ਦੁਕਾਨ ਤੇ ਕਬਜ਼ਾ ਹੈ ਜੀ ਤੁਹਾਡੇ ਮਕਾਨ ਤੇ ਕਬਜ਼ਾ ਹੈ ਜੀ ਖਾਲੀ ਕਰਾਉਣਾ ਹੈ ਜੀ ਨੋਟਿਸ ਦਿੱਤਾ ਜਾਂਦਾ ਸਮਾਂ ਦਿੱਤਾ ਜਾਂਦਾ ਤੇ ਇੱਥੇ ਕੋਈ ਸਮਾਂ ਦਿੱਤਾ ਇਹ ਕਿਹੜੇ ਊਵਾਨੀ ੜਾਨੀਆਂ ਦੀ ਮਿਲ ਸੀ ਭਾਈ ਕਿ ਇੱਕ ਬੰਦ ਹੋ ਜੂਗੀ ਦੂਈ ਚੱਲਦੀਆਂ ਉਹਨਾਂ ਦੀ ਆਮ ਵਿਚਾਰੇ ਨਿਤ ਦਿਨ ਦਿਹਾੜੀ ਲਾਉਣ ਵਾਲੇ ਬੰਦੇ ਉਹਦਾ ਮੁੱਲ ਨਹੀਂ 2000 ਔਰ 20-20 ਹਜ਼ਾਰ ਦੇ ਚਲਾਨ ਕੱਟੇ ਨੇ ਪਰ ਮੁੱਖ ਮੰਤਰੀ ਸਾਹਿਬ ਦਾ ਹੁਕਮ ਉਸੇ ਦਿਨ ਆ ਗਿਆ ਸੀ ਕਿ ਇਹਨਾਂ ਨੂੰ ਵਾਪਸ ਲਾਓ ਪਰ ਉਹਦੇ باوجود ਵੀ ਚਲਾਨ ਕੱਟੇ ਗਏ ਪੰਜਾਬ 'ਚ ਉਹ ਕਹਿੰਦੇ ਕਿ ਗੱਡੀਓ ਰੱਖ ਲਓ ਸਾਡੀ ਤਾਂ ਰੇਡੀਓ ਉਹ ਮੂਰੇ ਮੋਟਰਸਾਈਕਲ ਹੁੰਦਾ ਪਿੱਛੇ ਉਹ ਰੇੜੀ ਬਣਾ ਲੈ ਕੇ ਜਗ੍ਹਾ ਤਨਾ ਚੱਲਦਾ ਸੋ ਇਹਦੇ ਉੱਪਰ ਲੋਕ ਆਪਣਾ ਕਾਰੋਬਾਰ ਵੀ ਚਲਾਉਂਦੇ ਨੇ ਖੇਤਾਂ ਚੋਂ ਕੱਖ ਵੀ ਲਿਆਉਂਦੇ ਨੇ ਮੰਡੀਆਂ ਚੋਂ ਲੈ ਕੇ ਸਬਜ਼ੀਆਂ ਫਲਾਂ ਵੀ ਵੇਚ ਲੈਂਦੇ ਨੇ ਕੋਈ ਛੋਟਾ ਮੋਟਾ ਪਿੰਡੋਂ ਮਾਲੇ ਗਲੀ ਤੋਂ ਸਮਾਨ ਇੱਧਰੋਂ ਤੇ ਲਿਜਾਣਾ ਉਹ ਵੀ ਟੋਟ-ਟਵਾਈ ਕਰ ਲੈਂਦੇ ਨੇ ਸੋ ਇਸ ਲਈ ਉਹ ਰੋਜ਼ਗਾਰ ਦਾ ਸਾਧਨ ਸੀ ਸੋ ਉਸ ਨੂੰ ਲੈ ਕੇ ਦੋਏ ਪਹਿਲੂਆਂ ਦੇ ਉੱਤੇ ਚਾਹੇ ਉਹ ਵਾਰੰਟ ਜਾਰੀ ਹੋਣ ਨੂੰ ਲੈ ਕੇ ਹੋਵੇ ਤੇ ਚਾਹੇ ਹਦਾਇਤ ਜਾਰੀ ਹੋਣ ਨੂੰ ਲੈ ਕੇ ਹੋਵੇ ਜੇਕਰ ਅਫਸਰ ਸਾਹੀ ਆਪਣੀ ਮਨਮਰਜ਼ੀ ਕਰ ਰ ਫਿਰ ਕੌਣ ਚਲਾ ਰਿਹਾ ਸਰਕਾਰ ਆਪਾਂ ਪਹਿਲਾਂ ਦੋ ਚਾਰ ਵਾਰ ਗੱਲ ਕੀਤੀ ਕਿ ਹਰਾ ਪੈਨ ਦਿੱਲੀ ਵਾਲੇ ਚਲਾ ਰਹੇ ਨੇ ਕੀ ਇੱਥੇ ਪੈਨ ਚੋਰੀ ਫਲਦਾ ਨਹੀਂ ਕੱਢ ਕੇ ਕੋਈ ਪੰਜਾਬ ਵਾਲਾ ਵੀ ਚਲਾਈ ਜਾਂਦਾ ਚੈੱਕ ਕਰੋਗੇ ਡੁਪਲੀਕੇਟ ਹਰਾ ਪੈਨ ਤਾਂ ਨਹੀਂ ਬਣਾ ਲਿਆ ਕਿ ਕੀ ਅਕਾਲੀ ਦਲ ਦੇ ਘਰੋਂ ਚੱਲ ਰਿਹਾ ਜਾਂ ਕੈਪਟਨ ਆ ਕਾਂਗਰਸੀਆਂ ਦੇ ਘਰੋਂ ਚੱਲ ਰਿਹਾ ਅਫਸਰ ਸ਼ਹੀ ਨੂੰ ਕੌਣ ਚਲਾ ਰਿਹਾ ਜਾਂ ਅਫਸਰ ਸ਼ਹੀ ਆਪ ਇੰਨੀ ਆਪ ਉਧਰੀ ਹੋ ਗਈ ਕਿ ਉਹ ਚਾਹੁੰਦੀ ਹੈ ਕਿ ਸਰਕਾਰ ਦੀ ਛਾਅ ਖਰਾਬ ਹੋਵੇ ਭਗਵੰਤ ਮਾਨ ਦੀ ਛਾਅ ਖਰਾਬ ਸਰਕਾਰ ਨੂੰ ਇਹ ਚੀਜ਼ਾ ਨਹੀਂ ਪਤਾ ਤਾਂ ਫਿਰ ਕਿਤਨਾ ਕਿਤੇ ਦੇਖਣਾ ਪੈਗਾ ਮਤਲਬ ਸਰਕਾਰ ਦੀ ਹਿਦਾਇਤ ਤੋਂ ਬਿਨਾ ਮੈਂ ਕਹਿੰਦਾ ਠ ਹਰੇਕ ਵਿਭਾਗ ਨੂੰ ਆਜ਼ਾਦੀ ਹੈ ਹਰੇਕ ਵਿਭਾਗ ਆਪਣੇ ਹਿਸਾਬ ਨਾਲ ਕਾਰਵਾਈ ਕਰਨੀ ਬਣਦੀ ਹੈ ਪਰ ਉਹ ਸਰਕਾਰ ਦੇ ਧਿਆਨ ਛੇ ਕੇ ਨਹੀਂ ਇਹ ਵੀ ਤਾਂ ਸਵਾਲ ਹੈ ਨਾ ਹਾਂ ਇਹਦੇ ਨਾਲ ਦੂਸਰਾ ਪਹਿਲੂ ਹੈ ਇਸੇ ਮਸਲੇ ਨੂੰ ਲੈ ਕੇ ਤੁਸੀਂ ਇਹ ਦੇਖੋ ਕਿ ਦੁਰਾ ਅਫਸਰ ਕਿਵੇਂ ਅਸਰ ਜਾ ਰਿਹਾ ਪਹਿਲਾਂ ਚੱਲ ਰਿਹਾ ਸੀ ਸਾਰਾ ਕੁਝ ਠੀਕ ਹਦਾਇਤ ਜਾਰੀ ਹੋਗੀ ਪੰਜਾਬ ਛਗਮਾ ਹੋ ਗਿਆ ਪਾਰਟੀਆਂ ਨੇ ਵੀ ਲੋਕਾਂ ਨੇ ਵੀ ਆਮ ਵਰਗ ਨੇ ਵੀ ਯਾਰ ਤੁਸੀਂ ਗਰੀਬਾਂ ਨਾਲ ਆਮ ਲੋਕਾਂ ਨਾਲ ਧੱਕਾ ਕਰ ਰਹੇ ਹੋ ਸਰਕਾਰ ਨੇ ਇਸ ਰੋਲੇ ਨੂੰ ਦੇਖਦਿਆਂ ਹੋਇਆ ਤੁਰੰਤ ਫੈਸਲਾ ਵਾਪਸ ਲੈ ਲਿਆ ਹੁਣ ਛੋਟੇ ਹਾਥੀ ਵਾਲੇ ਟੈਂਪੂ ਵਾਲੇ ਥਰੀ ਬੀਲਰ ਵਾਲੇ ਸੜਕਾਂ ਦੇ ਆ ਗਏ ਹਾਂ ਅਗਲੇ ਕਹਿੰਦੇ ਸਾਡਾ ਕੀ ਗੁਨਾਹ ਹੈ ਜੀ ਅਸੀਂ ਪੈਸੇ ਦੇ ਕੇ ਕਿਸ਼ਤਾਂ ਤੇ ਚੀਜ਼ ਲਈ ਆ ਅਸੀਂ ਉਹਦਾ ਟੈਕਸ ਵੀ ਭਰਦੇ ਆ ਹੈ ਸਾਡੇ ਕੋਲ ਟੈਕਸੀ ਵਾਲੇ ਦੂਏ ਪ੍ਰਾਈਵੇਟ ਨੰਬਰ ਨੇ ਮਤਲਬ ਕਿ ਠੀਕ ਹੈ ਨਾ ਇਸ ਲਈ ਸਾਡਾ ਕੀ ਕੁਸੂਰ ਹੈ ਜੀ ਤੇ ਸਾਡੀ ਲੁੱਟ ਹੋ ਰਹੀ ਹੈ ਜੀ ਹੁਣ ਹੋਰ ਰੋਲਾ ਪਾਉਣ ਲੱਗੇ ਸੋ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਦੋਵੇਂ ਪਾਸਿਓਂ ਨਰਾਜ਼ਗੀਆਂ ਸਹਿੇੜ ਰਹੀ ਆ ਸੋ ਇਸ ਲਈ ਮੈਂ ਤਾਂ ਹੀ ਬਾਰ-ਬਾਰ ਕਹਿ ਰਿਹਾ ਕਿ ਜਿਤ ਕਰਤਾ ਸਰਕਾਰ ਆਪੇ ਫੈਸਲੇ ਲੈ ਰਹੀ ਆ ਫਿਰ ਤਾਂ ਮਤਲਬ ਜਿਹੜਾ ਰੋਲਾ ਪੈਂਦਾ ਸੀ ਪੰਜਾਬ 'ਚ ਕਿ ਭਾਈ ਤਜਰਬਾ ਨਹੀਂ ਹੈ ਕੰਮ ਕਰਨ ਦਾ ਉਹ ਚਲ ਕਰਨ ਲਗਾ ਜੇ ਸਰਕਾਰ ਫੈਸਲਾ ਨਹੀਂ ਲੈ ਰਹੀ ਫਿਰ ਜਿਵੇਂ ਮੈਂ ਪਹਿਲੇ ਦਿਨ ਵੀ ਇੱਕ ਦਿਨ ਕਹਿ ਸੀ ਕਿ ਅਫਸਰਸ਼ਾਹੀ ਤੇ ਕੰਟਰੋਲ ਨਹੀਂ ਹੈ ਅਫਸਰਸ਼ਾਹੀ ਨੂੰ ਨੱਥ ਪਾਉਣ ਦੀ ਲੋੜ ਹੈ ਪੰਜਾਬ ਦੀ ਅਫਸਰਸ਼ਾਹੀ ਬੜਿਆਂ ਬੜਿਆਂ ਦੀ ਘੁਮਣ ਕੇਰੀ ਕਮਾਉਂਦੀ ਰਹੀ ਆ ਸੋ ਇਹ ਤਾਂ ਕੈਪਟਨ ਅਮਿੰਦਰ ਵਰਗੇ ਨੂੰ ਘੁਮਾਉਂਦੇ ਸੀ ਪੁੱਠਾ ਜਿਹਾ ਫੈਸਲਾ ਸੋ ਇਹ ਇਸ ਲਈ ਇਹਨਾਂ ਨੂੰ ਸੋਚਣਾ ਪੈਣਾ ਕਿ ਕੀ ਅਫਸਰਸ਼ਾਹੀ ਤੁਹਾਨੂੰ ਚਲਾਤਾ ਨਹੀਂ ਰਹੀ ਤੀਸਰਾ ਇਹ ਵੀ ਭਗਵੰਤ ਮਾਨ ਦੀ ਪ੍ਰੀਖਿਆ ਦੀ ਕੜੀ ਆ ਕਿ ਤੁਹਾਡੀ ਅਫਸਰਸ਼ਾਹੀ ਨੂੰ ਪੰਜਾਬ ਦੀਆਂ ਬਾਹਰੀ ਪਾਰਟੀਆਂ ਤਾਂ ਨਹੀਂ ਚਲਾ ਰਹੀਆਂ ਸੱਤਾ ਤੋਂ ਬਾਹਰ ਕਿਤੇ ਲੋਕਤਾਂ ਨਹੀਂ ਚਲਾ ਰਹੇ ਤੇ ਚੌਥਾ ਉਹੀ ਸਵਾਲ ਖੜਾ ਕਿ ਕੇਂਦਰ ਵਾਲੇ ਸੋ ਇਸ ਲਈ ਦਿੱਲੀ ਤੋਂ ਵੀ ਡਰ ਹੈ ਪੰਜਾਬ ਦੀਆਂ ਨਾਤੀਕ ਪਾਰਟੀਆਂ ਤੋਂ ਵੀ ਡਰ ਹੈ ਅਫਸਰ ਸਹੀ ਆਪਣੇ ਆਪ ਤੋਂ ਵੀ ਡਰ ਹੈ ਸੋ ਕਿਤਨਾ ਕਿਤੇ ਇਸ ਲਈ ਇਹ ਮੁੱਦਾ ਵੱਡਾ ਬਣਦਾ ਜਾ ਰਿਹਾ ਕਿ ਲਗਾਤਾਰ ਜਿਹੜੇ ਫੈਸਲੇ ਨੇ ਅਫਸਰ ਸਹੀ ਆਪ ਉਧਰੀ ਹੋ ਕੇ ਲੈ ਰਹੀ ਹੈ ਤੇ ਸਰਕਾਰ ਬਾਅਦ ਚ ਬੇਵਸ ਹੁੰਦੀ ਔਰ ਨਜਲਾ ਸਾਰਾ ਭਗਵੰਤ ਮਾਨ ਤੇ ਡਿਗਰੇ ਇਸ ਲਈ ਉਹਨਾਂ ਨੂੰ